ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਕਿਵੇਂ ਹੋ ਸਾਰੇ ਜਣੇ? ਆਈ ਹੋਪ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ। ਵੈਲਕਮ ਬੈਕ ਟੂ ਮਾਈ ਚੈਨਲ। ਸੋ ਗਾਈਜ਼, ਅੱਜ ਦੀ ਵੀਡੀਓ 'ਚ ਮੈਂ ਤੁਹਾਨੂੰ ਦੱਸਾਂਗੀ ਆਪਣੀ ਨਾਈਟ ਰੂਟੀਨ, ਜੋ ਕਿ ਮੈਂ ਰਾਤ ਨੂੰ ਫੋਲੋ ਕਰ ਰਹੀ ਹਾਂ, ਐਂਡ ਕਾਫੀ ਟਾਈਮ ਹੋ ਗਿਆ ਮੈਨੂੰ ਇਹ ਨਾਈਟ ਰੂਟੀਨ ਫੋਲੋ ਕਰਦੇ ਹੋਏ। ਸੋ ਆਹ ਪ੍ਰੋਡਕਟਸ ਜੋ ਵੀ ਮੈਂ ਤੁਹਾਨੂੰ ਦਿਖਾਉਂਗੀ, ਜਸਟ ਮੇਰਾ ਪਰਸਨਲ ਐਕਸਪੀਰੀਅੰਸ ਆ, ਜੋ ਕਿ ਮੈਂ ਕਾਫੀ ਟਾਈਮ ਯੂਜ਼ ਕੀਤਾ, ਐਂਡ ਦੈਨ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਹਾਂ ਆਪਣਾ ਐਕਸਪੀਰੀਅੰਸ। ਸੋ ਸਭ ਤੋਂ ਪਹਿਲਾਂ ਜਿਵੇਂ ਮੈਂ ਰਾਤ ਨੂੰ ਫੇਸ ਵਾਸ਼ ਕਰਨਾ ਹੁੰਦਾ ਆ, ਤਾਂ ਮੈਂ ਪਹਿਲਾਂ ਆਪਣਾ ਫੇਸ ਕਲੀਨ ਕਰਦੀ ਹਾਂ, ਵਾਸ਼ ਕਰਨ ਤੋਂ ਪਹਿਲਾਂ ਕਲੀਨ ਕਰਦੀ ਹਾਂ, ਬਿਕੋਜ਼ ਜਿਵੇਂ ਮੈਂ ਸਨਸਕ੍ਰੀਨ ਯੂਜ਼ ਕਰਦੀ ਹਾਂ ਜਾਂ ਕਦੇ ਆਪਾਂ ਮੇਕਅਪ ਯੂਜ਼ ਕਰੀਏ, ਤਾਂ ਜਿਹੜੀ ਮੇਰੀ ਸਨਸਕ੍ਰੀਨ ਆ ਥੋੜ੍ਹੀ ਟਿੰਟ ਵਾਲੀ ਆ, ਤਾਂ ਉਹਦੇ ਵਿੱਚ ਥੋੜ੍ਹਾ ਟਿੰਟ ਹੁੰਦਾ ਆ, ਤਾਂ ਇਸ ਕਰਕੇ ਉਹਨੂੰ ਪਹਿਲਾਂ ਕਲੀਨ ਕਰ ਲੈਂਦੀ ਹਾਂ ਮੈਂ। ਜਾਂ ਫਿਰ ਕਦੀ ਮੇਕਅਪ ਯੂਜ਼ ਕੀਤਾ ਤਾਂ ਤੁਹਾਨੂੰ ਆਪਣਾ ਫੇਸ ਪਹਿਲਾਂ ਕਲੀਨ ਕਰ ਲੈਣਾ ਚਾਹੀਦਾ ਵਾਸ਼ ਕਰਨ ਤੋਂ ਪਹਿਲਾਂ। ਸੋ ਮਤਲਬ ਮੈਂ ਤਾਂ ਕਰਦੀ ਹਾਂ, ਅਤੇ ਮੈਂ ਆਪਣਾ ਫੇਸ ਕਲੀਨ ਕਰਨਾ ਪਹਿਲਾਂ ਲੈਕਮੇ ਦੇ ਕਲਿੰਜ਼ਰ ਮਿਲਕ ਕਲਿੰਜ਼ਿੰਗ ਮਿਲਕ ਨਾਲ, ਫਿਰ ਇਹਦੇ ਨਾਲ ਆਪਾਂ ਆਪਣਾ ਮੇਕਅਪ ਉਤਾਰ ਲਾਂਗੇ। ਮੇਰੇ ਵਾਲਾਂ 'ਤੇ ਲੱਗ ਗਿਆ ਅਤੇ ਕਾਫੀ ਵਧੀਆ ਤਰੀਕੇ ਨਾਲ ਇਹਦੇ ਨਾਲ ਮੇਕਅਪ ਉੱਤਰ ਜਾਂਦਾ। ਇਸ ਤੋਂ ਬਾਅਦ ਮੈਂ ਯੂਜ਼ ਕਰਨਾ ਆ ਇਹ ਫੇਸ ਵਾਸ਼। ਇਹ ਸਕਰੀਨ ਨਹੀਂ, ਸਕਿਨ ਕਰਾਫਟ ਤੋਂ ਮੈਂ ਮੰਗਾਇਆ ਸੀਗਾ ਇਹ ਕਸਟਮਾਈਜ਼, ਮਤਲਬ ਕਰਕੇ ਉੱਥੇ ਆਪਾਂ ਨਾ ਇਹਨਾਂ ਦੀ ਵੈਬਸਾਈਟ 'ਤੇ ਜਾ ਕੇ ਕਸਟਮਾਈਜ਼ ਕਰ ਸਕਦੇ, ਲੇਕਿਨ ਕੁਛ ਕੁਐਸਚਨਸ ਉਹ ਪੁੱਛਣਗੇ ਸਾਨੂੰ, ਫਿਰ ਉਹਨਾਂ ਦੇ ਆਂਸਰ ਦੇ ਕੇ ਉਹ ਕਸਟਮਾਈਜ਼ ਕਰਕੇ ਸਾਨੂੰ ਭੇਜਦੇ ਆ। ਸੋ ਇਹ ਮੈਂ ਕਸਟਮਾਈਜ਼ ਕਰਕੇ ਆਪਣੇ ਲਈ ਮੰਗਵਾਇਆ ਸੀਗਾ। ਸੋ ਇਹ ਫੇਸ ਵਾਸ਼ ਮੈਂ ਇੱਕ ਪਹਿਲਾਂ ਬੋਟਲ ਖਤਮ ਕਰ ਚੁੱਕੀ ਹਾਂ, ਯੂਜ਼ ਕੀਤਾ, ਮੇਰੇ ਲਈ ਕਾਫੀ ਜ਼ਿਆਦਾ ਵਧੀਆ ਰਿਹਾ ਆ। ਸਰਗੁਣ ਦੀ ਮੰਮਾ ਲਈ ਉਹਨੇ ਮੰਗਵਾਇਆ ਸੀਗਾ ਅਤੇ ਉਹਨਾਂ ਨੂੰ ਨਹੀਂ ਸੂਟ ਕੀਤਾ। ਸੋ ਰਾਜਦੀਪ ਵੀ ਯੂਜ਼ ਕਰਦੇ, ਲੇਕਿਨ ਉਹਨੂੰ ਵੀ ਠੀਕ ਲੱਗਾ, ਤਾਂ ਕੁਛ ਸਕਿਨ 'ਤੇ ਕੁਛ ਨਹੀਂ ਸਹੀ ਬੈਠ ਸਕਦਾ, ਕਿਸੇ 'ਤੇ ਬਹਿ ਜਾਂਦਾ, ਤਾਂ ਹਰ ਪ੍ਰੋਡਕਟ ਇੱਦਾਂ ਹੀ ਹੁੰਦਾ ਆ। ਸੋ ਇਫ ਯੂ ਵਾਂਟ ਟੂ ਟਰਾਈ ਤਾਂ ਟਰਾਈ ਕਰਿਓ, ਬਟ ਮੈਨੂੰ ਪੱਕਾ ਮੈਂ ਤੁਹਾਨੂੰ ਨਹੀਂ ਕਹੂੰਗੀ, ਮੇਰੇ ਲਈ ਇਹ ਸੂਟੇਬਲ ਆ, ਮੈਨੂੰ ਇਹ ਵਧੀਆ ਲੱਗਾ। ਅਤੇ ਹੁਣ ਤੁਹਾਡੀ ਸਕਿਨ ਟਾਈਪ ਕੀ ਆ, ਉਹ ਤੁਹਾਡੇ ਲਈ ਵਰਕ ਕਰਦਾ ਕਿ ਨਹੀਂ, ਆਈ ਡੋਂਟ ਨੋ। ਅਗਰ ਤੁਸੀਂ ਕੋਈ ਹੋਰ ਯੂਜ਼ ਕਰਦੇ ਹੋ ਤਾਂ ਤੁਸੀਂ ਉਹ ਵੀ ਕਰ ਸਕਦੇ ਹੋ। ਸੋ ਮੈਂ ਆਪਣਾ ਫੇਸ ਵਾਸ਼ ਕਰਕੇ ਆਉਂਦੀ ਹਾਂ। ਸੋ ਗਾਈਜ਼, ਫੇਸ ਵਾਸ਼ ਮੈਂ ਕਰ ਲਿਆ ਆ, ਐਂਡ ਹਾਂ, ਕਦੀ ਵੀ ਆਪਣਾ ਫੇਸ ਵਾਸ਼ ਕਰਨ ਤੋਂ ਬਾਅਦ ਤੁਸੀਂ ਇੱਦਾਂ ਨਾ ਕਰੋ, ਜਸਟ ਸਿੰਪਲੀ ਇੱਦਾਂ ਕਰੋ। ਇਸ ਤੋਂ ਬਾਅਦ ਮੈਂ ਅਪਲਾਈ ਕਰਦੀ ਹਾਂ ਹੁਣ ਥੋੜ੍ਹੇ ਟਾਈਮ ਤੋਂ, ਪਹਿਲਾਂ ਮੈਂ ਟੋਨਰ ਅਪਲਾਈ ਨਹੀਂ ਕਰ ਰਹੀ ਸੀ, ਲੇਕਿਨ ਮੈਂ ਸਕਰੀਨ ਕਿਉਂ ਨਿਕਲ ਰਿਹਾ ਵਾਰ ਵਾਰ ਮੇਰੇ ਮੂੰਹੋਂ, ਸਕਿਨ ਕਰਾਫਟ ਦਾ ਟੋਨਰ ਮੰਗਵਾਇਆ, ਇਹ ਗਲੋ ਔਨ ਫੇਸ਼ੀਅਲ ਟੋਨਰ ਆ, ਅਤੇ ਇਹ ਕਾਫੀ ਵਧੀਆ ਲੱਗਾ ਮੈਨੂੰ, ਮਤਲਬ ਮੈਂ ਕਾਫੀ ਦਿਨਾਂ ਤੋਂ ਯੂਜ਼ ਕਰ ਰਹੀ ਹਾਂ, ਐਂਡ ਇਹਨੂੰ ਇੱਦਾਂ ਆਪਾਂ ਇੱਦਾਂ ਥੋੜ੍ਹਾ ਜਿਹਾ ਕਰਕੇ ਐਂਡ ਦੈਨ ਮੈਨੂੰ ਅਪਲਾਈ ਕਰ ਲੈਣਾ। ਸੋ ਇਹਨੂੰ ਅਪਲਾਈ ਕਰ ਲਿਆ, ਉਸ ਤੋਂ ਬਾਅਦ ਮੈਂ ਰੋਜ਼ ਕੀ ਕਰਦੀ, ਮੈਂ ਤੁਹਾਨੂੰ ਦੱਸਦੀ ਹਾਂ, ਮੈਂ ਥੋੜ੍ਹਾ ਜਿਹਾ ਕੋਟਨ ਲੈਣਾ, ਪਹਿਲਾਂ ਆਪਣੇ ਲਿਪ ਸਾਫ਼ ਕਰਨੇ ਆ, ਉਸ ਤੋਂ ਬਾਅਦ ਆਪਣੀ ਅੱਖਾਂ ਸਾਫ਼ ਕਰਨੀਆਂ, ਕਿਉਂਕਿ ਥੋੜ੍ਹਾ ਥੋੜ੍ਹਾ ਲੱਗ ਜਾਂਦਾ ਤਾਂ ਮੈਨੂੰ ਅਜੀਬ ਜਿਹਾ ਹੁੰਦਾ, ਇੱਦਾਂ ਮੈਨੂੰ ਚੰਗਾ ਜਿਹਾ ਨਹੀਂ ਲੱਗਦਾ। ਅਤੇ ਹੁਣ ਦੋ ਕੁ ਮਿੰਟ ਵੇਟ ਕਰਨਾ ਜਦੋਂ ਤੱਕ ਇਹ ਆਪਣੇ ਆਪ ਡਰਾਈ ਹੁੰਦਾ ਆ, ਉਸ ਤੋਂ ਬਾਅਦ ਦਾ ਸਟੈਪ ਬਾਅਦ 'ਚ ਦੱਸੂਗੀ, ਪਹਿਲਾਂ ਇਹਨੂੰ ਡਰਾਈ ਹੋਣ ਦਿੰਦੇ ਹਾਂ। ਸੋ ਗਾਈਜ਼, ਟੋਨਰ ਜਿਹੜਾ ਸੀਗਾ ਉਹ ਸਕਿਨ 'ਚ ਪੂਰਾ ਅਬਜ਼ਰਵ ਹੋ ਗਿਆ ਆ, ਹੁਣ ਡਰਾਈ ਵੀ ਹੋ ਗਿਆ ਆ, ਅਤੇ ਹੁਣ ਮੈਂ ਅਪਲਾਈ ਕਰੂੰਗੀ ਮੋਇਸਚਰਾਈਜ਼ਰ, ਅਤੇ ਆ ਮੈਂ ਜਿਹੜਾ ਮੇਰਾ ਫੇਸ ਵਾਸ਼ ਆ ਪੂਰੀ ਕਿੱਟ, ਜੋ ਫੇਸ ਵਾਸ਼ ਐਂਡ ਮੋਇਸਚਰਾਈਜ਼ਰ ਔਰ ਇੱਕ ਹੋਰ ਕਰੀਮ ਔਰ ਸਿਰਮ, ਉਹ ਸਭ ਕੁਛ ਖਤਮ ਹੋ ਗਿਆ ਸੀ, ਤਾਂ ਮੈਂ ਦੁਬਾਰਾ ਔਡਰ ਕੀਤਾ, ਅਤੇ ਇਹ ਕਿਊਟ ਜੇ ਇੱਦਾਂ ਬੈਗ 'ਚ ਆਇਆ ਆ। ਸੋ ਨੈਕਸਟ ਮੈਂ ਯੂਜ਼ ਕਰੂੰਗੀ ਸਕਿਨ, ਸ਼ੁਕਰ ਹੈ ਹੁਣ ਨਹੀਂ ਮੈਂ ਸਕਰੀਨ ਬੋਲਿਆ। ਸੋ ਨੈਕਸਟ ਮੈਂ ਯੂਜ਼ ਕਰੂੰਗੀ ਸਕਿਨ ਕਰਾਫਟ ਦਾ ਮੋਇਸਚਰਾਈਜ਼ਰ, ਇਹ ਮੋਇਸਚਰਾਈਜ਼ਰ, ਓ ਮਾਈ ਗੋਡ, ਇਹ ਮੈਨੂੰ ਬਹੁਤ ਵਧੀਆ ਲੱਗਾ ਮੋਇਸਚਰਾਈਜ਼ਰ, ਮੇਰੇ ਲਈ ਕਾਫੀ ਵਧੀਆ ਰਿਹਾ ਆ। ਸੋ ਇਹ ਨਿਊ ਬੋਟਲ ਆ, ਇੱਕ ਬੋਟਲ ਖਤਮ ਹੋ ਚੁੱਕੀ ਆ, ਸੋ ਹੁਣ ਆਪਾਂ ਇਹਨੂੰ ਯੂਜ਼ ਕਰਦੇ ਹਾਂ। ਨਿਕਲ ਜਾ, ਪਤਾ ਨਹੀਂ ਨਵੀਂ ਬੋਤਲ ਨਾ ਇਹਨੂੰ ਵਾਰ ਵਾਰ ਤਾਂ ਕਰਨਾ ਪੈਂਦਾ, ਫਿਰ ਜਾ ਕੇ ਕਿਤੇ ਪੰਪ 'ਚ ਆਉਂਦੇ ਬਾਹਰ। ਸੋ ਇਹਨੂੰ ਮੈਂ ਕਾਫੀ ਜ਼ਿਆਦਾ ਅਪਲਾਈ ਕਰ ਲੈਣਾ ਆਪਣੇ ਫੇਸ 'ਤੇ ਵਧੀਆ ਤਰੀਕੇ ਨਾਲ। ਓਕੇ, ਕਾਫੀ ਵਧੀਆ ਮੋਇਸਚਰਾਈਜ਼ਰ ਹੈ ਇਹ, ਐਂਡ ਮੈਨੂੰ ਕਾਫੀ ਵਧੀਆ ਲੱਗਦਾ, ਮਤਲਬ ਮੇਰੇ ਲਈ ਕਾਫੀ ਸੂਟੇਬਲ ਰਿਹਾ ਇਹ ਸਾਰਾ ਸਮਾਨ। ਸੋ ਹੁਣ ਇਹਨੂੰ ਆਪਾਂ ਅਪਲਾਈ ਕਰ ਲਵਾਂਗੇ,
मैं थोड़ा ज़्यादा ज़्यादा अप्लाई कर लेनी हूँ रात को अच्छे तरीके नाल। ओके हम दो मिनट वेट करूँगी मैं, उस तो बाद आप नेक्स्ट स्टेप फॉलो करेंगे। हम मैं लाना आ सिरम। सो यह स्किन शुकर है, यह स्किन क्राफ्ट का ही सिरम है, कुछ ड्रॉप्स। उस तो बाद मैं लानी कि मैं तुम दस दी मैं इनू की करना आ, सैट करूँ पहला अपना मिरर, इनू इतना डॉट डॉट करके मैं अप्लाई करना आ। ओ भाई शीशे तो बिना मेरे तो लगता नहीं है, इनू अपना डॉट डॉट करके अप्लाई करांगे, ठीक है। उस तो बाद उस तो बाद दसूंगी, पहला अप्लाई कर लें दो। ओके हूँ इनू आप मसाज करते हैं अपनी स्किन पर। मसाज मैं इदा करके उस तो बाद की करती हूँ हाँ, इनू इदा थोड़ा इदा करती हाँ। ये मैं कितने रीड किया कि इदा करना चाहिए अपना सिरम अप्लाई। सो मैं इनू लान तो बाद मसाज करन तो बाद थोड़ा जा वो कर दी कि स्किन च सैटल हो जाए, ठीक है, क्योंकि सिरम के थोड़े पार्टिकल्स थोड़े हार्ड होंगे आ, दे यू नीड टू डू दिस एंड दिस इज़ द राइट प्रोसेस आई गेस इफ आई एम नॉट रोंग। सो जे मैं सही हाँ तो तुम भी कर लो, जे इदा नहीं हों किसी होर तरीके हों तो मैं कमेंट कर दौ, मैं वधिया लगेगा कि तुम अगर मैं करैक्ट करोगे, बट जितों तक मैं पता है वो इदा ही करना चाहिए आ। सो इनू आप करके उस तो बाद इनू लॉक करने वास्ते मैं एक होर वारी मॉइस्चराइजर ला लेना है, ठीक है, ताकि सिरम प्रॉपर तरीके अंदर लॉक हो जाए स्किन दे विच और वो अपना काम स्टार्ट करे। हुण मैं फिर थोड़ा जा मॉइस्चराइजर ला लेना है। इस बारी मैं ज़्यादा नहीं लाना, थोड़ा लाना है। ये सिर्फ स्पॉट जिवें होंगे अपनी स्किन पर उत्थे यूज़ करनी हाँ, एंड एक्ने दे लिए बेसिकली है, तो जिथे भी मेरे स्पॉट होंगे उस तो बाद मैं माड़ा माड़ा ला लेना अपने उत्थे जिथे जिथे स्पॉट है तो अप्लाई करती हूँ। कभी कभी मास्क ला लेनी होनी अपनी स्किन पर, किसी भी जिवें नायका का हो गया, गार्नियर का हो गया, किसी भी ब्रांड का हो गया, कोई पर्टिकुलर नहीं आ। तो कभी कभी मैं फेस पैक ला लैनी हाँ, नीम फेस पैक। तो इस तो अलावा मैं होर कुछ फिलहाल तो नहीं कर रही, या फिर मैं अपनी घर की रेमेडी बना के कुछ अपनी स्किन पर ला लैनी जो मैं लगता है कि मेरी स्किन ज़्यादा ही खराब होने लगी है। सो कुछ करो तो उदो मैं ये सब कर लैनी हाँ। सो जी आ रूटीन मैं तुम्हें दसी, ये मेरी रोज़ की है रात की, सो इट्स गुड। आपू मॉइस्चराइजर टोनर एंड एकदम वधिया तरीके अपना फेस क्लीन करना चाहिए, रात को फिर ही सोना चाहिए, बिना फेस क्लीन किते नहीं सोना चाहिए। सो या आई होप थोड़े लिए वीडियो हेल्पफुल होगी, अगर वधिया लगी है तो लाइक शेयर कॉमेंट जरूर कर दियो एंड मेरे चैनल को सबसक्राइब कर लो, तो होर भी अपने वीडियो के सजेशन मैं कमेंट च दो किदा किदा की वीडियोज़ देखना चाहते हो ताकि मैं वो टॉपिक्स जरूर कवर करा। सो प्लीज़ कमेंट जरूर करो, तो चैनल में सबसक्राइब किए बिना नहीं जाना, डू शेयर विद एवरी वन, अपने सारे फ्रेंड्स के शेयर करो एंड या थैंक यू सो मच फॉर वॉचिंग, बाय बाय, टेक केयर।